रहीम अज साडे फार्म दे उपर जिहड़ा साडा इंडस्ट्रियल मीटर लगा सी उस च कुछ फाल्ट आ गया सी, कुछ दिन तो खराब हो गया सी और रिप्लेस होना सी। ते वाबड़ा ऑफिस चो कॉल आई है, उन्होंने सानू अज एक नवा ही मीटर दिखाया। ऐ कहिंदे जी लगना ए है जी AMI एडवांस मीटरिंग इंफ्रास्ट्रक्चर। ए मीटर आए है जी नवे, हुण जितने भी इंडस्ट्रियल कमर्शियल या ट्यूबल वगैरा दे उपर मीटर लगे आ ओ उना दे इनफॉरमेशन दे मुताबक ओ जदो भी खराब होणगे उथे हुण ए ही मीटर रिप्लेस होके लगणगे। इस मीटर दे काफी सारे जड़े आ फंक्शंस फर्क आ दूसरे मीटरां दे नालों, ते जिस तरह के असीं भी पुछना सी असीं नाजरीन दे नाल भी ओ सारा शेयर करदे आ। साडे कोल भाई राशद साहब बैठे आ वाबड़ा दे, इन्हां दे कोल असीं इहदी कंप्लीट इनफॉरमेशन लैणी आ। जी राशद भाई जी, जी भाई जी, हाँ जी राशद साहब, की तुसी सानू नवा मीटर अज दस रहे हो ते की ये करेगा AMI की ये टेक्नोलॉजी? साडे डिपार्टमेंट ने ना जी एक नवी टेक्नोलॉजी लेके आंदी है जी, एदा नाम है AMI मीटर जी, एडवांस मीटरिंग इंफ्रास्ट्रक्चर जी। इस मीटर दी दो तीन खसूसियात ने जी। एक ते डिपार्टमेंट ने जेड़ा साडा मीटर रीडर एदी रीडिंग लैण जांदा सी ना उहनू खतम कर दिता। अच्छा, एदी रीडिंग नहीं लैणी पैगी? एदे ऐ सेम स्लॉट आ, ਇਸ ਜਗ੍ਹਾ ਤੇ ਸੇਮ ਇਨਸਾਈਟ ਹੁੰਦੀ ਹੈ ਜਿਸ ਤਰ੍ਹਾਂ ਕਿ ਸਾਡੇ GSM ਮੋਬਾਈਲ ਦੇ ਵਿੱਚ ਲੱਗ, ਬਿਲਕੁਲ ਸੇਮ ਉਸ ਤਰ੍ਹਾਂ ਦੀ ਸੇਮ ਲੱਗ ਜੇਗੀ। ਉਹਦਾ ਸੇਮ ਲੱਗ ਕੇ ਇਹ ਜੀ ਸੀਲ ਆ, ਇਹਨੂੰ ਅਸੀਂ ਇੰਟੈਕਟ ਕਰ ਦੇਣਾ, ਪੱਕਾ ਕਰ ਦੇਣਾ, ਠੀਕ ਹੈ। ਉਸ ਤੋਂ ਬਾਅਦ ਇਹਦੀ ਜਿਹੜੀ ਰੀਡਿੰਗ ਹੈ ਨਾ ਜੀ ਜੀ, ਸਾਡਾ ਇੱਕ MDM ਪੋਰਟਲ ਬਣਿਆ ਹੋਇਆ ਡਿਪਾਰਟਮੈਂਟ ਦਾ, ਠੀਕ ਹੈ। ਇਸ ਮੀਟਰ ਨੇ ਇਹ ਜੀ ਆਈ ਹੈ ਬਲਿੰਕ ਕਰੇਗੀ, ਇਹ ਜੀ ਲਾਈਟ ਜੀ, ਠੀਕ ਹੈ। ਇਹ ਉਹ ਸਿਸਟਮ ਨਾਲ ਜਦੋਂ ਅਟੈਚ ਹੋਏਗਾ ਨਾ ਇਹ ਬਲਿੰਕ ਕਰਨਾ ਸ਼ੁਰੂ ਹੋ ਜਾਏਗੀ। ਇਸ ਮੀਟਰ ਨੂੰ ਸਾਡੇ ਦਿਨ ਦਫ਼ਤਰ ਕੰਟਰੋਲ ਕਰਨਗੇ, ਸਾਡਾ ਹੈੱਡਕੁਆਰਟਰ ਸਾਡਾ SC ਆਫਿਸ ਸਾਡਾ SDO ਆਫਿਸ, ਬਿਲਕੁਲ ਠੀਕ। ਸਾਡੇ SDO ਨੂੰ ਸਾਡੇ ਐਕਸਚੇਂਜ ਨੂੰ ਲੈਪਟਾਪ ਤੇ ਉਸ ਪੋਰਟਲ ਦੀ ਉਹਨਾਂ ਨੇ ਐਕਸੈਸ ਦੇ ਦਿੱਤੀ ਹੈ, ਸਹੀ ਹੈ। ਅਸੀਂ ਦਫ਼ਤਰ ਬੈਠੇ ਹੀ ਇਹਦੀ ਬਿਜਲੀ ਬੰਦ ਵੀ ਕਰ ਸਕਦੇ ਹਾਂ, ਇਹਨੂੰ ਚਲਾ ਵੀ ਸਕਦੇ ਹਾਂ। ਯਾਨੀ ਜਿਸ ਤਰ੍ਹਾਂ ਕਿ ਅੱਗੇ ਕਦੀ ਕੋਈ ਨਾਨ ਪੇਮੈਂਟ ਹੋ ਗਿਆ ਜਾਂ ਕੋਈ ਮਸਲਾ ਬਣਦਾ ਸੀ ਤੇ ਲੈਨਮੈਨ ਜਾ ਕੇ ਮੀਟਰ ਕੱਟ ਕੇ ਆਉਂਦਾ ਸੀ, ਉਹ ਲੈਨਮੈਨ ਦੀ ਡਿਊਟੀ ਖਤਮ ਹੋ ਗਈ। ਅੱਛਾ, ਇਹਨੇ ਲੈਨਮੈਨ ਫ੍ਰੀ ਕਰਤਾ, ਦੋ ਬੰਦੇ ਖਤਮ ਕਰ ਦਿੱਤੇ ਜੀ, ਦੋ। ਅੱਛਾ, ਦੋ ਬੰਦੇ ਫਰਕ ਕਰਦੇ, ਮੀਟਰ ਰੀਡਰ ਜਿਹੜਾ ਰੀਡਿੰਗ ਲੈਂਦਾ ਸੀ ਉਹ ਵੀ ਖਤਮ ਹੋ ਗਈ, ਠੀਕ ਹੈ। ਇਹਦੀ ਆਟੋ ਰੀਡਿੰਗ ਜਿਸ ਡੇਟ ਨੂੰ ਇਹਦੀ ਬਿਲਿੰਗ ਡੇਟ ਹੈ ਨਾ ਜੀ ਜੀ, ਇਹਦੀ ਰੀਡਿੰਗ ਹੋਣੀ ਹੈ, ਉਹ ਤੁਸੀਂ ਇਹਨੂੰ ਇਹਦੀ ਕਮਾਂਡ ਮਿਲ ਗਈ? ਨਹੀਂ ਨਹੀਂ ਨਹੀਂ, ਕਮਾਂਡ ਨਹੀਂ ਦੇਣੀ ਜੀ, ਇਹਨੇ ਆਟੋਮੈਟਿਕਲੀ ਜਿਹੜਾ ਸਾਡਾ ਪੋਰਟਲ ਹੈ ਨਾ MDM ਪੋਰਟਲ ਜੀ ਜੀ, ਇਹਨੇ ਜਿਹੜੇ ਉਸ ਮਹੀਨੇ ਦੇ ਯੂਨਿਟ ਚੱਲੇ ਉੱਥੇ ਅਪਡੇਟ ਕਰ ਦੇਣੇ, ਉਸ ਡੇਟ ਨੂੰ ਉਹਦੇ ਬੱਚੇ ਨੇ ਖੁਦ ਬਖੁਦ ਉਹਨੂੰ ਰੀਡਿੰਗ ਦੇ ਦੇਣੀ। ਜਿਹੜੀ ਸਾਰਫੀਨ ਦੀ ਸ਼ਿਕਾਇਤ ਸੀ ਨਾ ਜੀ, ਮੈਨੂੰ ਯੂਨਿਟ ਜ਼ਿਆਦਾ ਪੈ ਗਏ, ਬੜਾ ਇਸ਼ੂ ਬਣ ਗਿਆ, ਉਹ ਸਭ ਖਤਮ ਹੋ ਗਿਆ। ਇਹਦੇ ਵਿੱਚ ਨਾ ਤੁਸੀਂ ਰੀਡਿੰਗ ਆਪ ਪਾ ਸਕਦੇ ਹੋ, ਨਾ ਯੂਨਿਟ ਐਕਸੈਸ ਚਾਰਜ ਕਰ ਸਕਦੇ ਹੋ, ਨਾ ਕੱਢ ਸਕਦੇ ਹੋ। ਇਹਦੇ ਨਾਲ ਕਰਪਸ਼ਨ ਦਾ ਵੀ ਇੱਕ ਬਹੁਤ ਬੜਾ ਅਨਸਰ ਖਤਮ ਹੋ ਜਾਏਗਾ ਕਿ ਵੀ ਉਹ ਕਿਸੇ ਲੈਨਮੈਨ ਨੂੰ ਦੇ ਕੇ ਜ਼ਿਆਦਾ ਕਰਵਾ ਲਏ ਜਾਂ ਕੰਮ ਕਰਵਾ ਲਏ, ਉਹ ਚਾਂਸ ਵੀ ਖਤਮ ਹੋ ਗਿਆ, ਖਤਮ ਹੋ ਗਿਆ। ਫਿਰ ਇਹਦੇ ਚ ਇਹ ਚੀਜ਼ ਵੀ ਖਤਮ ਹੋ ਗਈ ਕਿ ਤੁਸੀਂ ਗਏ ਬੰਦੇ ਨੂੰ ਕਹੋ ਕਿ ਯਾਰ ਦੋ ਦਿਨ ਕਢਾ ਦੇ ਫਿਰ ਕੱਟੇ, ਉਹ ਚੀਜ਼ ਵੀ ਖਤਮ ਹੋ ਗਈ। ਹੈੱਡਕੁਆਰਟਰ ਨੇ ਉੱਥੋਂ ਬੈਠੇ ਬਿਲ ਕਰ ਨੂੰ ਬੰਦ ਕਰਤਾ, ਕਿਸੇ ਲਿਹਾਜ਼ ਨਾਲ ਇਹ ਫਾਇਦੇ ਚ ਵੀ ਹੋ ਗਿਆ, ਬਹੁਤ ਅੱਛੀ ਗੱਲ। ਤੇ ਕਿਸੇ ਲਿਹਾਜ਼ ਨਾਲ ਕੁਛ ਇਹਦੇ ਕਸਟਮਰ, ਹੋਰ ਵੀ ਗੱਲ ਆ ਜਿਹੜੀ ਅਸਲ ਸਾਡੇ ਡਿਪਾਰਟਮੈਂਟ ਦੀ ਮੇਨ ਇਹ ਟੈਕਨੋਲੋਜੀ ਮੁਤਾਰਕ ਕਰਾਉਣ ਦੀ ਵਜ੍ਹਾ ਵਾ ਜੀ, ਇਹ ਮੀਟਰ ਜਦੋਂ ਹੀ ਡਿਸਕਨੈਕਟ ਹੁੰਦਾ ਨਾ, ਇੱਕ ਤੇ ਸਾਡਾ ਲੋਡ ਸ਼ੈਡਿੰਗ ਸ਼ਡਿਊਲ ਆ ਜੀ ਜੀ, ਉਸ ਤੋਂ ਹਟ ਕੇ ਜਦੋਂ ਇਹ ਮੀਟਰ ਡਿਸਕਨੈਕਟ ਹੁੰਦਾ ਨਾਲ ਹੀ SD ਸਾਹਿਬ ਨੂੰ ਮੈਸੇਜ ਆ ਜਾਂਦਾ ਸੇਮ ਜੀ। ਉਹ ਜਿਸ ਤਰ੍ਹਾਂ ਕੇ ਲੋਕ ਚੋਰੀ ਕਰਕੇ ਚਲਾਉਂਦੇ, ਇਹ ਬੰਦ ਹੋ ਜਾਏਗਾ ਜਦੋਂ ਉੱਥੇ ਇਨਫਾਰਮ ਆਏਗਾ ਵੀ ਇਹ ਬੰਦ ਕਿਉਂ ਹੋ ਗਿਆ, ਇਹ ਮੀਟਰ ਨਾਲ ਛੇੜਛਾੜ ਹੋ ਰਹੀ ਹੈ। ਗੁੱਡ ਜੀ, ਇਹਦੇ ਨਾਲ ਤੁਸੀਂ ਆਪ ਇੰਡੀਵਿਜੁਅਲੀ ਜ਼ਾਤੀ ਤੌਰ ਤੇ ਕੋਈ ਛੇੜਛਾੜ ਨਹੀਂ ਕਰ ਸਕਦੇ। ਇਹ ਤੇ ਫਿਰ ਵਾਬਦਾ ਦੇ ਅੰਦਰ ਬਹੁਤ ਬੜੀ ਜਿੱਤ ਆ, ਬਹੁਤ ਬੜੀ ਜਿੱਤ ਆ। ਤੇ ਆਉਣ ਵਾਲੇ ਵਕਤ ਚ ਇਹ ਜਿਹੜੇ ਸਾਡੇ ਕਮਰਸ਼ਲ ਇਨਵੈਸਟਰ ਕਰਾਂ ਦੇ ਵਿੱਚ, ਉਹਦੇ ਚ ਵੀ ਇਹਦਾ ਕੋਈ ਚਾਂਸ? ਬਿਲਕੁਲ, ਆਉਣ ਵਾਲੇ ਵਕਤ ਚ ਨਾ ਜੀ ਇੱਕ ਸਿੰਗਲ ਫੇਸ ਮੀਟਰ ਇਨਸ਼ਾਅੱਲਾ ਤਾਂ ਮਗਲੀ ਇਸੇ ਹੀ ਟੈਕਨੋਲੋਜੀ, ਇਸੇ ਹੀ ਟੈਕਨੋਲੋਜੀ ਸਿੰਗਲ ਫੇਸ ਮੀਟਰ ਕੁਝ ਸਾਨੂੰ ਮਿਲੇ ਆ, ਠੀਕ ਹੈ, ਬਤੌਰ ਤਜਰਬਾ ਅਸੀਂ ਲਗਾਏ ਆ, ਠੀਕ ਹੈ। ਜਦੋਂ ਵੀ ਨਵੀਂ ਟੈਕਨੋਲੋਜੀ ਆਉਂਦੀ ਹੈ ਨਾ ਜੀ ਜੀ ਜੀ, ਪਹਿਲੇ ਉਹਨੂੰ ਇੰਸਟਾਲ ਕਰਕੇ ਦੇਖਦੇ ਹੋ ਆਊਟਪੁੱਟ ਕੀ ਹੈ, ਜਾਂ ਉਹਦੇ ਚ ਕੋਈ ਜਿਹੜੀਆਂ ਵੀ ਸਲਾਹਾਂ ਹੋਣੀਆਂ ਨੇ, ਜਿਹੜੇ ਵੀ ਮਸਲੇ ਮਸਾਇਲ ਆ ਰਹੇ ਆ ਉਹ ਦੇਖੇ ਜਾਂਦੇ, ਉਹ ਦੇਖੇ ਜਾਂਦੇ ਆ ਕਿ ਆਇਆ ਕੀ ਇਸ਼ੂ ਆ ਰਹੇ ਆ। ਇਹ ਮੀਟਰ ਹੁਣ ਤੁਹਾਡੀ ਪਾਇਲਟ ਲਾਂਚਿੰਗ ਤੋਂ ਨਿਕਲ ਕੇ ਹੁਣ ਕਮਰਸ਼ਲ ਲਾਂਚ ਹੋ ਰਿਹਾ ਜੀ, ਹੋ ਰਿਹਾ ਇਹ, ਓਕੇ ਹੋ ਗਿਆ ਜੀ। ਅੱਛਾ, ਇਹਦਾ ਮਤਲਬ ਕਿਸੇ ਵਕਤ ਅਸੀਂ ਤੁਹਾਨੂੰ ਦੁਬਾਰਾ ਵੀ ਤਕਲੀਫ ਦਈਏ, ਕੋਈ ਨਹੀਂ ਇਨਸ਼ਾਅੱਲਾ ਜੀ, ਸਾਨੂੰ ਉਹ ਜਿਹੜੇ ਘਰਾਂ ਵਾਲੇ ਸਾਰਫੀਨ ਆ ਉਹਨਾਂ ਦਾ ਮੀਟਰ ਵੀ ਦਿਖਾ ਸਕਦੇ, ਸਿੰਗਲ ਫੇਸ ਮੀਟਰ ਆਏਗਾ ਨਾ ਜੀ, ਘਰ ਵਾਲੇ ਸਾਰਫੀਨ ਅਕਸਰ ਸਾਨੂੰ ਸ਼ਿਕਾਇਤ ਕਰਦੇ ਆ, ਮੇਰੀ ਰੀਡਿੰਗ ਡੇਟ ਹੈਗੀ 10, ਮੇਰੀ ਰੀਡਿੰਗ ਹੋਈ 17 ਤਰੀਕ, ਉਹ ਮਸਲਾ ਵੀ ਆ ਤੁਹਾਡਾ ਹੱਲ ਹੋ ਜਾਣਾ, ਠੀਕ ਹੈ। ਇਹਨੇ ਆਪਣਾ ਇਹਦੀ ਜਿਹੜੀ ਰਿਕਮੈਂਡਡ ਡੇਟ ਆ ਨੇ ਆਟੋਮੈਟਿਕਲੀ ਰੀਡਿੰਗ ਪੋਸਟ ਕਰ ਦੇਣੀ ਕੰਪਿਊਟਰ ਸੈਂਟਰ ਨੂੰ, ਸਾਨੂੰ ਉਦੋਂ ਪਤਾ ਲੱਗਣਾ ਜਦੋਂ ਬਿੱਲ ਪ੍ਰਿੰਟ ਆ ਗਿਆ ਹੋਣਗੇ ਕਿੰਨੇ ਯੂਨਿਟ ਚੱਲੇ ਆ। ਤੇ ਇਹ ਜਿਹੜਾ ਇਹਨੂੰ ਕਹਿੰਦੇ ਹੁੰਦੇ ਕਿ ਮੀਟਰ ਚ ਕੋਈ ਛੇੜਛਾੜ ਕਰਕੇ ਉਹਦੀ ਇਹ ਚ ਸੇਫਟੀ ਕਿੰਨੀ ਹੈਗੀ? ਬਹੁਤ ਸੇਫਟੀ, ਇਹਦੇ ਚ ਸਲੋ ਕਰ ਦਿੰਦਾ ਜਾਂ ਜਿਸ ਤਰ੍ਹਾਂ ਕੋਈ ਐਸਾ ਸੀਨ?
अच्छा इनका बिलिंग सिस्टम फिर जिदा के अजकल एक हवा चल रही है कि पहले देना पैंदा या वो ऐसा कुछ नहीं, ऐसा कोई सीन नहीं, ऐसा कोई सीन नहीं, ये नॉर्मली आम ही मीटर है। ठीक है, दो चीजें दो बंदे लैस कर दे डिपार्टमेंट ने। ठीक है राशन भाई, माशाल्लाह बड़ी जबरदस्त चीज है, अच्छी चीज, दो बंदे लैस हो गए और करप्शन बहुत सारे आंसर खत्म हो खत्म हो गए। चलो असि तो फिर बड़े परेशान से भी पता नहीं कड़ी चीज देती है जी। लो जी नादमी इन्हें जरा तसली ना देख लो, ए चीज आएगी नेक्स्ट टाइम इंशाला, असि फिर इन खुशी खुशी लगवा लेंगे, साफ करवा दो। ओके जी नादरी, अल्लाह हाफिज़।